ਅਸੀਂ ਸਾਰੇ ਪੰਜਾਬ ਤੋਂ ਯੂਕਰੇਨ 'ਚ ਐਮ ਬੀ ਬੀ ਐਸ ਕਰਨ ਆਏ ਹਾਂ। ਅਸੀਂ ਯੂਕਰੇਨ 'ਚ ਕੀਵ ਮੈਡੀਕਲ ਯੂਨੀਵਰਸਿਟੀ ਯੂ ਐਫ ਐਮ ਸੀ 'ਚ ਪੜ੍ਹ ਰਹੇ ਹਾਂ। ਕੀਵ ਮੈਡੀਕਲ ਯੂਨੀਵਰਸਿਟੀ ਬਹੁਤ ਹੀ ਵਧੀਆ ਹੈ, ਇੱਥੋਂ ਦਾ ਕੈਂਪਸ ਬਹੁਤ ਵੱਡਾ ਹੈ, ਇੱਥੇ ਲਾਗੇ ਹੀ ਹੋਸਪਿਟਲ ਨੇ ਜਿੱਥੇ ਕਿ ਸਾਨੂੰ ਪ੍ਰੈਕਟੀਕਲ ਵਰਕ ਡਾਈਸੈਕਸ਼ਨਸ ਦਿਖਾਈਆਂ ਜਾਂਦੀਆਂ, ਇੱਥੇ ਨੇੜੇ ਰਹਿਣ ਦਾ ਪ੍ਰਬੰਧ ਵੀ ਹੈ, ਹੋਸਟਲ ਇੱਥੇ ਬਹੁਤ ਇੱਕ ਦੋ ਮਿੰਟ ਦੀ ਦੂਰੀ 'ਤੇ ਹੈ ਅਤੇ ਇਹ ਸਿਟੀ ਬੜੀ ਸੋਹਣੀ ਨੇ। ਇੱਥੇ ਲੋਕ ਸਫਾਈ ਰੱਖਦੇ ਨੇ, ਲੋਕ ਬੜੇ ਹੈਲਪਫੁੱਲ ਨੇ, ਲੈਂਗੁਏਜ ਦੀ ਵੀ ਕੋਈ ਖਾਸ ਪ੍ਰੋਬਲਮ ਨਹੀਂ ਹੈਗੀ, ਇੱਥੇ ਲੈਂਗੁਏਜ ਦੀ ਕਲਾਸਾਂ ਸਾਨੂੰ ਨਾਲ ਦੇ ਨਾਲ ਲੱਗਦੀ ਰਹਿੰਦੀਆਂ ਸਾਡੀਆਂ, ਅਤੇ ਇੱਥੇ ਬੜੀ ਗ੍ਰੀਨਰੀ ਰਹਿੰਦੀਆਂ ਨੇ, ਤਾਂ ਹੋਸਟਲ ਦੀ ਫੈਕਲਟੀ ਵੀ ਇੱਥੇ ਦੀ ਸਾਰੀ ਚੰਗੀ ਨੇ। ਖਾਣਾ ਵੀ ਬਹੁਤ ਅੱਛਾ ਹੈ, ਪਰ ਵੈਜ ਵੀ ਮਿਲ ਜਾਤਾ ਆਪਕੋ, ਨੋਨ ਵੈਜ ਵੀ ਹੈ, ਇੰਡੀਅਨ ਫੂਡ ਦੀ ਕੋਈ ਐਸੀ ਕਮੀ ਨਹੀਂ ਹੋਗੀ। ਆਪਣੇ ਯੂਨੀਵਰਸਿਟੀ ਦੇ ਵਿੱਚ ਡੀਨ ਸਟਾਫ ਜੇ ਦੇਖਿਆ ਜਾਵੇ ਤਾਂ ਬਹੁਤ ਹੀ ਹੈਲਪਫੁੱਲ ਹੈ, ਇੱਥੇ ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ, ਕਲਾਸਿਸ ਬਹੁਤ ਹੀ ਵਧੀਆ ਤਰੀਕੇ ਨਾਲ ਚੱਲਦੀਆਂ, ਪ੍ਰੋਜੈਕਟਰਸ ਰਾਹੀਂ ਪੜ੍ਹਾਇਆ ਜਾਂਦਾ ਜਿੱਥੋਂ ਕਿ ਸਾਨੂੰ ਵਧੀਆ ਸਿੱਖਣ ਨੂੰ ਵਿਜ਼ੂਅਲਾਈਜ਼ ਕਰਕੇ ਵਧੀਆ ਸਮਝ ਆਉਂਦਾ, ਡਾਈਸੈਕਸ਼ਨ ਵੀ ਬੜਾ ਚੰਗੇ ਤਰੀਕੇ ਨਾਲ ਸਿਖਾਇਆ ਜਾਂਦਾ ਸਾਨੂੰ, ਅਤੇ ਸਾਨੂੰ ਮਾਈਕਰੋ ਸਲਾਈਡਸ ਦਿਖਾਈਆਂ ਜਾਂਦੀਆਂ ਮਾਈਕਰੋਸਕੋਪਸ 'ਤੇ, ਅਤੇ ਜੇ ਤੁਸੀਂ ਇੱਥੇ ਪੜ੍ਹਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਬੈਸਟ ਸੀਜ਼ਨ ਹੋਵੇਗਾ, ਅਤੇ ਜ਼ਰੂਰ ਆਇਓ ਜੇ ਤੁਹਾਨੂੰ ਪਸੰਦ ਹੈ। ਥੈਂਕ ਯੂ। ਥੈਂਕ ਯੂ ਜੀ।